ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਬੈਠੇ ਹਾਂ ਸਰਦਾਰ ਭੁਪਿੰਦਰ ਸਿੰਘ ਜੀ ਸੱਗੂ, ਜੋ ਪ੍ਰਧਾਨ ਨੇ ਨਗਰ ਕੌਂਸਲ ਕੋਟਕਪੁਰਾ ਦੇ, ਬਹੁਤ ਹੀ ਗੁਰੂ ਨੂੰ ਮੰਨਣ ਵਾਲੇ ਔਰ ਧੀਮੀ ਗਤੀ ਦੇ, ਬਿਨਾਂ ਲਾਲਚ ਤੋਂ। ਕੋਈ ਲਾਲਚ ਨਹੀਂ ਕਿਸੇ ਕੰਮ ਕਿਸੇ ਦਾ ਵੀ, ਪੈਸੇ ਦਾ ਕੋਈ ਹੈ ਹੀ ਨਹੀਂ, ਕਿਉਂਕਿ ਕਾਰੋਬਾਰ ਬਹੁਤ ਵਧੀਆ ਚੱਲਦੇ ਨੇ। ਇਹੋ ਜਿਹੇ ਪ੍ਰਧਾਨ ਨੇ ਸਾਡੇ ਨਗਰ ਕੌਂਸਲ, ਲੇਕਿਨ ਜਿਹੜੀ ਕਾਂਗਰਸ ਦੇ ਵਿੱਚ ਇੱਕ ਕਹਿ ਲਓ ਕਿ ਧੜੇਬੰਦੀ ਬਣਦੀ ਜਾ ਰਹੀ ਸੀ, ਬਣੀ ਹੋਈ ਹੈ, ਉਸ ਪ੍ਰਤੀ 21 ਕੌਂਸਲਰਾਂ ਨੇ, 21 ਉਹਨਾਂ ਨੇ ਸੁਤੰਤਰ ਜੋਸ਼ੀ ਵੀ ਉਹ ਮਨ ਮਰਜ਼ੀ ਕਰਦਾ, ਕੁਛ ਉਹਨਾਂ 'ਤੇ ਇਲਜ਼ਾਮਾਤ ਹੈ, ਜਿਸ ਕਰਕੇ ਅੱਜ ਇੱਕ ਮੀਟਿੰਗ ਰੱਖੀ ਗਈ ਹੈ। ਉਹਨਾਂ ਨੂੰ ਸ਼ਾਇਦ ਕੁਰਸੀ ਤੋਂ ਲਾਉਣ ਬਾਰੇ ਆਪਾਂ ਗੱਲ ਕਰਾਂਗੇ ਪ੍ਰਧਾਨ ਜੀ ਨਾਲ। ਪ੍ਰਧਾਨ ਜੀ, ਕੀ ਮਾਮਲਾ ਅੱਜ, ਕਾਹਦੀ ਮੀਟਿੰਗ ਹੈ ਸਰ? ਅੱਜ ਜੀ ਸਾਡੇ ਕੌਂਸਲਰ ਸਾਹਿਬਾਨਾਂ ਵੱਲੋਂ ਕੋਈ ਮਤਾ ਆਇਆ ਸੀ ਮਾਣਯੋਗ ਸੁਤੰਤਰ ਜੋਸ਼ੀ ਜੀ ਦੇ ਖਿਲਾਫ਼, ਉਹਦੇ ਸੰਬੰਧ ਵਿੱਚ ਮੀਟਿੰਗ ਹੈ। ਦੇਖੋ, ਜੋ ਮੈਂ ਤਾਂ, ਮੈਨੂੰ ਪਾਰਟੀ ਨੇ ਪ੍ਰਧਾਨਗੀ ਦੀ ਡਿਊਟੀ ਬਖਸ਼ੀ ਹੈ। ਕਾਂਗਰਸ ਪਾਰਟੀ ਦੀ ਸੇਵਾ ਕਰਦਿਆਂ ਨੂੰ ਬੜਾ ਲੰਮਾ ਅਰਸਾ ਹੋ ਗਿਆ ਸੀ, ਪਾਰਟੀ ਨੇ ਸੇਵਾ ਬਖਸ਼ੀ ਹੈ। ਜੋ ਸਾਡੇ ਕੌਂਸਲਰ ਸਾਹਿਬਾਨ ਕਹਿਣਗੇ ਉਹਦੇ ਅਨੁਸਾਰ ਮੈਂ ਕਾਰਵਾਈ ਪਾ ਦੂੰਗਾ। ਜੋ ਕਹਿਣਗੇ, ਕਿੰਨੇ ਵਜੇ ਮੀਟਿੰਗ ਹੈ ਸਰ? ਆ 11 ਵਜੇ ਦਾ ਟਾਈਮ ਰੱਖਿਆ ਜੀ, ਫਾਈਨਲ 11 ਵਜੇ। ਕਿੱਥੇ ਮੀਟਿੰਗ ਹੈ? ਮਿਊਨਸਪਲ ਕਮੇਟੀ ਦੇ ਹਾਲ ਵਿੱਚ, ਕਮੇਟੀ ਰੂਮ ਵਿੱਚ, ਕਮੇਟੀ ਰੂਮ, ਮੀਟਿੰਗ ਰੂਮ, ਮੀਟਿੰਗ ਰੂਮ। ਕੌਣ ਕੌਣ ਆ ਰਿਹਾ ਸਰ? ਦੇਖੋ, ਉਹਨਾਂ ਨੂੰ EO ਸਾਹਿਬ ਨੇ ਲੈਟਰ ਜਾਰੀ ਕੀਤਾ ਸੀਗਾ DC ਸਾਹਿਬ ਨੂੰ, ਉਹ ਵੀ ਕੋਈ ਲਾਉਣਗੇ ਡਿਊਟੀ ਕਿਸੇ ਅਰਜ਼ਾਰਬਰ ਦੀ, ਤਾਂ ਪ੍ਰਸ਼ਾਸਨ ਨੂੰ ਵੀ ਲਿਖਿਆ ਗਿਆ ਸੀਗਾ। ਹਾਂ, ਸਾਡੇ SSP DSP ਸਾਹਿਬ ਨੂੰ, DSP ਸਾਹਿਬ ਨੂੰ, EO ਸਾਹਿਬ ਨੇ DC ਸਾਹਿਬ ਨੂੰ ਇੱਕ ਲੈਟਰ ਘੱਲੀ ਹੈ, ਉਹ ਅਬਜ਼ਰਵਰ ਭਾਵੇਂ SDM ਸਾਹਿਬ ਨੂੰ ਜੱਸੀ ਵੀ ਕਿੱਥੇ ਨੂੰ ਲਾ ਸਕਦੇ ਆ, ਪੁਲਿਸ ਪ੍ਰਸ਼ਾਸਨ ਲਾ ਸਕਦੇ ਜੀ, ਅਬਜ਼ਰਵਰ ਲਾ ਸਕਦੇ, ਕਿਸੇ ਦੀ ਵੀ ਡਿਊਟੀ ਲਾ ਸਕਦੇ, ADC ਦੀ ਲਾ ਸਕਦੇ ਆ। 21 ਅਬਜ਼ਰਵਰ ਹੀ ਆਉਣਗੇ ਸਰ? 21 ਕੌਂਸਲਰ ਹੀ ਆ ਰਹੇ ਆ ਕਿ ਦੂਜਾ ਜਿਹੜਾ ਤੁਹਾਡਾ ਗਰੁੱਪ? ਸਾਰਿਆਂ ਨੂੰ ਹੀ ਭੇਜਿਆ ਗਿਆ ਜੀ, 29 ਦੇ 29 MCC ਹੀ ਆਉਣਗੇ, ਬਲਕਿ MLA ਸਾਹਿਬ ਨੂੰ ਵੀ ਭੇਜਿਆ ਗਿਆ। ਅਤੇ ਸਰ, ਜਿਹੜੇ ਇੱਥੇ ਹੈਗੇ ਨੇ ਭਾਈ ਰਾਹੁਲ ਨੇ ਜਾਂ ਆਪਣੇ ਅਜੇਪਾਲ ਸੰਧੂ ਜੀ ਨੇ, ਉਹ ਵੀ ਆ ਰਹੇ ਨੇ? ਦੇਖੋ, ਉਹਨਾਂ ਦਾ ਤਾਂ ਕੋਈ ਕੰਮ ਨਹੀਂ ਜੀ, ਇਹ ਤਾਂ ਕੌਂਸਲਰਾਂ ਦਾ ਕੰਮ ਹੈ ਇੱਥੇ। ਮੈਂ ਸਮਝਦਾ ਕੌਂਸਲਰਾਂ ਨੇ ਹੀ ਚੋਣ ਕਰਾਉਣੀ ਹੈ, ਬਾਕੀ ਜੇ ਕੋਈ ਆਉਂਦਾ ਤਾਂ ਉਹ ਆ ਹੀ ਸਕਦੇ ਨੇ ਪਾਰਟੀ ਤੌਰ 'ਤੇ ਆ ਸਕਦੇ। ਹਾਂ, ਪਾਰਟੀ ਤੌਰ 'ਤੇ ਮੇਰਾ ਖਿਆਲ ਅੰਦਰ ਨਹੀਂ ਆ ਸਕਦੇ, ਅੰਦਰ ਨਹੀਂ ਆ ਸਕਦੇ। ਸੋ ਥੈਂਕ ਯੂ, ਮੈਂ ਇਹ ਇਨਫੋਰਮੇਸ਼ਨ ਚਾਹੁੰਦਾ ਸੀ। ਗੱਲ ਇਹ ਕਹਿੰਦਾ ਨਹੀਂ ਬਈ ਉਹ ਅੰਦਰ ਆਉਣ, ਅੰਦਰ ਤਾਂ ਕੌਂਸਲਰ ਮਾਣਯੋਗ ਕੌਂਸਲਰ ਸਾਹਿਬਾਨਾਂ ਨੇ ਆਉਣਾ ਹੁੰਦਾ, ਔਰ MLA ਆ ਸਕਦੇ, ਮੌਜੂਦਾ MLA ਆ ਸਕਦੇ। ਫੈਸਲਾ ਕੀ ਲਿਆ ਜਾਣਾ ਜੀ ਅੱਜ? ਦੇਖੋ, ਹਾਊਸ ਨੇ ਤੈਅ ਕਰਨਾ ਜੀ, ਮੈਨੂੰ ਤਾਂ ਦੇਖੋ ਜੋ ਸੱਚ ਹੋਇਆ ਮੈਂ ਤਾਂ ਉਹਦੇ ਅਨੁਸਾਰ ਕਾਰਵਾਈ ਪਾਉਣੀ, ਜੋ ਸੱਚ ਹੈ ਪੈ ਜੂਗੀ ਸਰ। ਦੇਖੋ, ਹੁਣ 11 ਵਜੇ ਪਤਾ ਲੱਗ ਜੂਗਾ ਕਪੂਰ ਸਾਹਿਬ। ਇੱਕ ਟਾਰਗੇਟ ਹੁੰਦਾ ਵੀ ਆਪਾਂ ਜਿਸ ਕੰਮ ਵਾਸਤੇ ਮੀਟਿੰਗ ਰੱਖ ਰਹੇ ਹਾਂ, ਕੋਈ ਮਤਾ ਪਊਗਾ ਉਹਦਾ ਅੱਜ, ਕਿੱਦਾਂ ਦੀ ਕਾਰਵਾਈ, ਸੰਕੇਤ ਕੀ, ਫਿਊਚਰ ਕਿਸ ਫਿਊਚਰ ਦੇ ਨਾਲ ਲੈਟਰ ਕੱਢੀ ਗਈ ਹੈ, ਫਿਊਚਰ ਤੁਹਾਨੂੰ ਕੀ ਲੱਗਦਾ? ਦੇਖੋ, ਇਉਂ ਹੈ ਵੀ ਮੇਰੀ ਵੀ ਪਹਿਲੀ ਦੂਜੀ ਮੀਟਿੰਗ ਹੈ, ਇਹ ਤਾਂ ਹੁਣ ਉੱਥੇ ਮੀਟਿੰਗ ਕਰਕੇ ਹੀ ਪਤਾ ਲੱਗੂਗਾ ਵੀ ਕੀ ਕਾਰਵਾਈ ਪੈਂਦੀ ਹੈ, ਕਿਉਂਕਿ ਜੋ ਐਜ਼ ਪਰ ਲਾ ਹੋਇਆ ਜੋ ਸਾਡੇ ਕੌਂਸਲਰ ਕਹਿੰਦੇ ਹੋਏ ਉਹਦੇ ਅਨੁਸਾਰ ਹੀ ਕਾਰਵਾਈ ਕਰੂੰਗਾ। ਇਹਦਾ ਮਤਲਬ ਇਹ ਹੈ ਵੀ ਜਿਹੜੀ ਕਾਰਵਾਈ ਹੋਊਗੀ ਸੁਤੰਤਰ ਜੋਸ਼ੀ ਜੋ ਸੀਨੀਅਰ ਮੀ ਪ੍ਰਧਾਨ ਹੈ, ਬਾਕੀ ਮੈਂ ਤਾਂ ਤੁਹਾਡੀ ਜੱਫੀ ਵੀ ਪਾਈ ਸੀ, ਮੇਰੀ ਜੱਫੀ ਤਾਂ ਮੇਰਾ ਅੱਜ ਤੱਕ ਐਪਲ ਦਾ ਫੋਨ ਚੋਰੀ ਹੋਇਆ ਮਿਲਿਆ ਨੇ, ਕੋਈ ਕਿਸੇ ਪੁਲਿਸ ਨੇ ਕਾਰਵਾਈ ਨਹੀਂ। ਕਪੂਰ ਸਾਹਿਬ, ਇਸ ਸਮੇਂ ਦਾ ਹਿਸਾਬ ਕਿਤਾਬ ਹੁੰਦਾ, ਦੇਖੋ ਇੱਕੋ ਪਾਰਟੀ ਦੇ ਅਸੀਂ ਕੌਂਸਲਰ ਹੈ, ਦੇਖੋ ਮਨ ਮੁਟਾਵ 19 ਹੋ ਸਕਦੇ ਨੇ ਕਿਸੇ ਵੇਲੇ, ਮੈਂ ਨਹੀਂ ਸਮਝਦਾ ਵੀ ਪਾਰਟੀ ਵਿੱਚ ਕੋਈ ਫਰਕ ਹੈ। ਕਾਂਗਰਸ ਪਾਰਟੀ ਦੇ ਅਸੀਂ ਸਿਪਾਹੀ ਹੈ, ਕਾਂਗਰਸ ਪਾਰਟੀ ਨੇ ਸਾਨੂੰ ਸੇਵਾ 'ਚ ਲਾਇਆ, ਜਿਸ ਦਿਨ ਕਹਿਣਗੇ ਵੀ ਸੇਵਾ ਛੱਡ ਦਿਓ ਅਸੀਂ ਛੱਡ ਕੇ ਪਾਸੇ ਹੋ ਜਾਵਾਂਗੇ। ਦੇਖੋ, ਮੈਂ ਸੁਤੰਤਰ ਜੋਸ਼ੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਨਗਰ ਕੌਂਸਲ ਦਾ, ਸ਼ਹਿਰ ਦਾ ਭਲਾਈ ਦਾ ਕੰਮ ਹੈ, ਰਲ ਕੇ ਕਰੋ। ਉਹ ਕਹਿੰਦੇ ਸੀ ਕਪੂਰ ਸਾਹਿਬ ਤੁਸੀਂ ਜਿਵੇਂ ਮਰਜ਼ੀ ਗੱਲ ਕਰੋ, ਮੈਂ ਹਾਜ਼ਰ ਹਾਂ। ਮੈਨੂੰ ਉਹਨਾਂ ਨੇ ਯੈਸ ਕੀਤੀ ਹੈ, ਤੁਸੀਂ ਸੱਗੂ ਸਾਹਿਬ ਨਾਲ ਅਸੀਂ ਬੈਠ ਜਾਵਾਂਗੇ, ਅਸੀਂ ਰਲ ਕੇ ਚੱਲਣ ਲਈ ਤਿਆਰ ਹਾਂ। ਨਹੀਂ ਨਹੀਂ, ਕੋਈ ਗੱਲ ਨਹੀਂ, ਸਭ ਠੀਕ ਹੋ ਜੂਗਾ, ਸਭ ਹਾਲਾਤ ਠੀਕ ਹੋ ਜਾਣਗੇ। ਤੁਸੀਂ ਦੇਖੋਗੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਾਂਗਰਸ ਪਾਰਟੀ ਲਈ ਚੰਗਾ ਹੀ ਹੋਵੇਗਾ, ਜੋ ਮੈਂ ਮਹਿਸੂਸ ਕਰਦਾ। ਬਾਕੀ ਪਰਮਾਤਮਾ ਜਾਣਦਾ, ਕਿਉਂਕਿ ਮਨੁੱਖ ਤਾਂ ਕਿਆ ਸਰਾਈਆਂ ਲਾ ਸਕਦਾ, ਕਿਉਂਕਿ ਜੋ ਹੋਣਾ ਉਹ ਮਹਾਰਾਜ ਨੂੰ ਪਤਾ। ਬਹੁਤ ਧੰਨਵਾਦ ਆਪਦਾ। ਮੈਂ ਸੁਨੀਲ ਸਿੰਘ ਕਪੂਰ, ਸੱਗੂ ਸਾਹਿਬ ਦੇ ਘਰ ਤੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।